ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਪ੍ਰੋਗਰਾਮ ਨਜ਼ਰੀਆ ਲੈ ਕੇ ਮਜਤेंद्र ਸਿੰਘ ਖਹਿਰਾ ਹਾਜ਼ਰ ਆ ਹਰ ਬਾਰ ਅਸੀਂ ਕਿਸ ਨਾ ਕਿਸੇ ਨਵੇਂ ਮੁੱਦੇ ਉੱਤੇ ਗੱਲਬਾਤ ਕਰਦੇ ਹਾਂ ਪਿਛਲੇ ਕੁਝ ਨਜ਼ਰੀਆ ਦੇ ਵਿੱਚ ਅਸੀਂ ਗੱਲ ਕੀਤੀ ਅਮਰੀਕਾ ਇਲੈਕਸ਼ਨ ਸੀ ਅੱਜ ਵੀ ਅਮਰੀਕਾ ਇਲੈਕਸ਼ਨ ਦੀ ਗੱਲ ਹੋ ਰਹੀ ਹੈ ਅਮਰੀਕਾ ਇਲੈਕਸ਼ਨ ਤਾਂ ਹੋ ਚੁੱਕੇ ਨੇ ਪਰ ਉੱਥੇ ਦੇ ਜਿਹੜੇ ਮੋਤਵਾਰ ਸੀਗੇ ਮੈਂ ਗੱਲ ਕਰ ਰਿਹਾ ਟਰੰਪ ਸਾਹਿਬ ਬੁਨਾ ਦੇ ਲਗਾਤਾਰ ਉਹਨਾਂ ਨੇ ਪਾਣੀ ਚ ਮਦਾਨੀ ਪਾਈ ਹੋਈ ਹੈ ਔਰ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਮੇਰੇ ਨਾਲ ਹਰ ਬਾਰ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਨਰਿੰਦਰ ਸੱਤੀ ਜੀ ਨੇ ਥੋੜਾ ਸਵਾਗਤ ਹੈ ਜੀ ਖੇਰਾ ਜੀ ਅੱਛਾ ਜਦੋਂ ਆਪਾਂ ਗੱਲ ਕਰਦੇ ਆਂ 트럼ਪ ਹੁਣਾਂ ਦੀ ਤੇ ਕਈ ਕੀ ਬਾਰ ਐਦਾ ਲੱਗਦਾ ਨਾ ਕਿ ਅੜੀਲ ਜਵਾਈ ਆ ਜਾਂ ਆਖ ਲਓ ਕਿ ਫੁੱਫੜਾ ਕਿਹੜਾ ਮੰਨਣ ਤੇ ਨਹੀਂ ਆਉਂਦਾ ਇੱਕ ਨਾ ਹੁੰਦਾ ਭਈ ਜਦੋਂ ਵਿਆਹ ਹੁੰਦੇ ਆ ਨਾ ਹੁਣ ਤਾਂ ਘਟ ਗਿਆ ਰਵਾਜ਼ ਅੱਜ ਕੱਲ ਵਿਆਹ ਮੈਰਿਜ ਪੈਲਸਿਸ ਵਿੱਚ ਹੁੰਦੇ ਨੇ ਤਾਂ ਘਰਾਂ ਵਾਲੀਆਂ ਰੌਣਕਾਂ ਵੀ ਮੇਲ ਆਉਣਾ ਨਾਨਕਾ ਮੇਲ ਆਉਂਦਾ ਦਾਦਕਿਆਂ ਵਾਲੇ ਪਾਸੇ ਸਿਠਣੀਆਂ ਦਿੰਦੀਆਂ ਪੀ ਨਾਨਕੀਆਂ ਆਣ ਕੇ ਕਹਿੰਦੀਆਂ ਪੀ ਅੱਜ ਕਿੱਧਰ ਗਈਆਂ ਵੇ ਜਤਿੰਦਰ ਤੇਰੀਆਂ ਦਾਦਕੀਆਂ ਹਨਾ ਤੇ ਫਿਰ ਮੋਰਿਓ ਕਹਿੰਦੇ ਹੁੰਦੇ ਸੀ ਅਸੀਂ ਹਾਜ਼ਰ ਨਾਜ਼ਰ ਖੜੀਆਂ ਜੀ ਜਤਿੰਦਰ ਦੀਆਂ ਦਾਦਕੀਆਂ ਸੋ ਉਹ ਗੱਲਾਂ ਤਾਂ ਗਈਆਂ ਤਾਂ ਕੋਈ ਨਾ ਕੋਈ ਵਿਆਹ ਰੁੱਸਿਆ ਹੁੰਦਾ ਸੀ ਕਦੀ ਫੁੱਫੜ ਰੁੱਸ ਗਿਆ ਕਦੀ ਮਾਸੜ ਰੁੱਸ ਗਿਆ ਆਮ ਤੌਰ ਤੇ ਫੁੱਫੜ ਜਿਹੜੇ ਉਹ ਜ਼ਿਆਦਾ ਰੁੱਸਦੇ ਹੁੰਦੇ ਸੀ ਹਨਾ ਤੇ ਮਾਰ ਸਾਰਾ ਟੱਪਰ ਮਨਾਉਣ ਲੱਗਾ ਹੁੰਦਾ ਸੀ ਲੜਾਈਆਂ ਝਗੜੇ ਹੁੰਦੇ ਹੁੰਦੇ ਸੀ ਉਹ ਹੁਣ ਜਿੱਦਾਂ ਨਾ ਇਸ ਵੇਲੇ ਡੋਨਲਡ ਟਰੰਪ ਹੋ ਰਹੀ ਏਦਾਂ ਲੱਗਦਾ ਵੀ ਜਿੱਦਾਂ ਅਮਰੀਕਾ ਚ ਫੁੱਫੜ ਬਣ ਕੇ ਬੈਠੇ ਹੁੰਦੇ ਆ ਜੀ ਬਿਲਕੁਲ ਦੇਖੋ ਬਿਲਕੁਲ ਸਾਫ਼ ਸਾਫ਼ ਉਹ ਚੋਣ ਜਿੱਤੇ ਹੈਗੇ ਠੀਕ ਹੈ ਜੀ ਮਤਲਬ ਜਿਹੜਾ 538 ਮੈਂਬਰ ਨੇ ਇਲੈਕਟੋਰਲ ਕਾਲਜ ਤੇ 270 ਦਾ ਅੰਕੜਾ ਪਾਰ ਕਰਨਾ ਸੀ ਉਹ ਉਹਦੇ ਤੋਂ ਟੱਪ ਗਿਆ ਹੈਗੇ ਠੀਕ ਹੈ ਤਾਂ ਉਹ ਹੁਣ ਕੋਈ ਨਾ ਕੋਈ ਜਿਵੇਂ ਤੁਸੀਂ ਕਿਹਾ ਵੀ ਪਾਣੀ ਚ ਵਧਾਣੀ ਪਾਈ ਹੋਈ ਆ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਉਹਨਾਂ ਨੇ ਕੱਲ ਹੁਣ ਤਾਜ਼ਾ ਜਿਹੜੀ ਬੁੱਧਵਾਰੀ ਟਵੀਟ ਕੀਤਾ ਵੀ ਆਪਣੀ ਜਿੱਤ ਦਾ ਦਾਵਾ ਕੀਤਾ ਵੀ ਮੈਂ ਰਾਸ਼ਟਰਪਤੀ ਚੋਣਾਂ ਜਿੱਤ ਲਈਆਂ ਜੀ ਨਾਲ ਉਹਨਾਂ ਨੇ ਕਿਹਾ ਵੀ ਪੂਰੇ ਅਮਰੀਕਾ ਦੇ ਵਿੱਚ ਚੋਣਾਂ ਚ ਤੰਦਲੀਆਂ ਹੋਈਆਂ ਜੀ ਠੀਕ ਐ ਸੋ ਤੰਦਲੀਆਂ ਦਾ ਰੌਲਾ ਤਾਂ ਉਹ ਪਹਿਲੀ ਵਾਰ ਰਿਹਾ ਨਵਾਂ ਹੁਣ ਜਿਹੜਾ ਕੱਲ ਕੀਤਾ ਵੀ ਉਹਦੇ ਵਿੱਚ ਨਿਊਯਾਰਕ ਟਾਈਮਜ਼ ਦਾ ਜੀ ਨਕਸ਼ਾ ਲਾ ਕੇ ਆਪਣੇ ਟਵੀਟ ਦੇ ਨਾਲ ਟੈਗ ਕੀਤਾ ਤੇ ਆ ਦੇਖੋ ਨਿਊਯਾਰਕ ਟਾਈਮਸ ਕਹਿ ਰਿਹਾ ਵੀ ਮੈਂ ਪਿਛਲੇ ਮਤਲਬ ਵਾਰ ਨਾਲੋਂ ਪਿਛਲੀ ਜਿਹੜੀ ਪਿਛਲੀ ਵਾਰ ਪਿਛਲੀ ਚੋਣ ਨਾਲ ਜੀ ਉਹਦੇ ਨਾਲੋਂ 1 ਕਰੋੜ ਵੋਟ ਵਧ ਲਈ ਆ ਜੀ ਮੰਨ ਲਿਆ 1 ਕਰੋੜ ਵੋਟ ਵਧ ਲਈ ਆ ਪਰ ਜਿਹੜੇ ਜੋਬਾ ਡੇਨ ਨੇ ਉਹਨਾਂ ਨੂੰ ਉਹਨਾਂ ਤੋਂ ਕਿਤੇ ਵੱਧ ਵੋਟਾਂ ਮਿਲੀਆਂ ਜੀ 74 ਮਿਲੀਅਨ 7 ਲੱਖ ਮਤਲਬ ਕਰੋੜ 40 ਲੱਖ ਵੋਟ ਜਿਹੜੀ ਹੈ ਉਹ ਕਿਸੇ ਬੰਦੇ ਨੂੰ ਮਿਲਣੀ ਉਹਨਾਂ ਦੀ ਜਿਹੜੇ ਹਲੈਰੀ ਕਲਿੰਟਰ ਨਾ ਉਹਨਾਂ ਦੀ ਆਪਣੀ ਪਾਰਟੀ ਦੀ ਡੈਮੋਕ੍ਰੇਟਸ ਦੀ 1 ਕਰੋੜ 24 ਲੱਖ ਵੋਟਾਂ ਤਾਂ ਉਹਨਾਂ ਤੋਂ ਹੀ ਵੱਧ ਮਿਲੀਆਂ ਜੋ ਬੈਡਨ ਨੂੰ ਇਸੇ ਤਰ੍ਹਾਂ ਓਬਾਮਾ ਅ ਅੱਜ ਤੱਕ ਦੇ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ਹੋਏ ਰਾਸ਼ਟਰਪਤੀ ਸੀ ਜਦੋਂ ਬਰਾਕ ਓਬਾਮਾ ਬਣਦੀ ਨਹੀਂ ਉਹਨਾਂ ਤੋਂ ਵੀ ਇਹਨਾਂ ਨੂੰ ਵੱਧ ਵੋਟਾਂ ਮਿਲੀਆਂ ਤੇ ਹੁਣ ਕਹਿੰਦੇ ਨੇ ਮਤਲਬ ਫੇਰ ਉਹੀ ਮੜਮੜ ਕੇ ਗੱਲ ਤੇ ਚੋਣ ਜਿੱਤਣ ਦਾ ਦਾਵਾ ਕੀਤਾ ਕੱਲ ਬੁੱਧਵਾਰੀ ਤਾਜ਼ਾ ਟਵੀਟ ਹੋਇਆ ਅੱਛਾ ਕਿਤੇ ਨਾ ਕਿਤੇ ਇਦਾਂ ਲੱਗਦਾ ਕਿ ਸਮਝ ਤੋਂ ਬਿਨਾ ਕੰਮ ਲਿਆ ਜਾ ਰਿਹਾ ਤੁਸੀਂ ਦੇਖੋ ਕਦੀ ਉਹ ਕਹਿ ਦਿੰਦੇ ਆ ਕਿ ਜੇ ਉਹ ਬਣ ਤ ਗਿਆ ਆ ਪਰ ਉਹ ਧੋਖਾ ਧੜੀ ਨਾ ਬਣਿਆ ਦੂਸਰੇ ਬੰਦੇ ਉਹ ਕਹਿੰਦੇ ਦੂਸਰੇ ਦਿਨ ਉੱਠ ਕੇ ਟਵੀਟ ਕਰ ਦਿੰਦੇ ਆ ਜੀ ਮੈਂ ਬਣਿਆ ਆ ਮੈਂ ਮੰਨਦਾ ਹੀ ਨਹੀਂ ਉਹ ਬਣੇ ਹੋਇਆ ਕਿਤੇ ਨਾ ਕਿਤੇ ਲੱਗਦਾ ਕਿ ਸਮਝਦਾਰੀ ਤੋਂ ਕੰਮ ਲਿਆਇਆ ਨਹੀਂ ਜਾ ਰਿਹਾ ਦੇਖੋ ਜਿੱਦਾਂ ਨਾ ਉਹਨੂੰ ਨੂੰ ਆਪਾਂ ਕਹਿੰਦੇ ਆਂ ਵੀ ਵੇਵਾਡਸ ਐ ਨਾ ਜਿਨ੍ਹਾਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਹੁਣ ਉਚੋਣਾ ਜਿੱਤਣ ਦਾ ਦਾਅਵਾ ਤਾਂ ਕਰਦੇ ਆਂ ਠੀਕ ਐ ਨਾਲ ਸਬੂਤ ਕੋਈ ਨਹੀਂ ਪੇਸ਼ ਕਰਦੇ ਸਬੂਤ ਵੀ ਤੁਸੀਂ ਪੇਸ਼ ਕਰੋ ਹੁਣ ਮੋٹے ਤੌਰ ਤੇ ਉਹਨਾਂ ਨੇ ਇਹ ਕਿਹਾ ਵੀ ਦੇਖੋ ਭਾਈ ਡੈਟਰਾਇਟ ਚ ਜਿਹੜੀਆਂ ਵੋਟਰ ਘਟ ਨੇ ਵੋਟਾਂ ਵੱਧ ਪਈਆਂ ਮਿਸ਼ੀਗਨਸ ਦਾ ਕਹਿੰਦੇ ਮੈਂ ਜਿੱਤ ਗਿਆ ਹੈਗਾ ਜੀ ਠੀਕ ਆ ਵਿਸਕਾਂਸਨ ਦੇ ਵਿੱਚ ਉਹਨਾਂ ਨੇ ਦੁਬਾਰਾ ਰੀ ਇਲੈਕਸ਼ਨ ਪਾਰਟਲੀ ਮਤਲਬ ਰੀ ਕਾਊਂਟਿੰਗ ਜਿਹੜੀ ਵੋਟਾਂ ਦੀ ਉਹ ਕਹਿੰਦੇ ਕਰਵਾਉ ਉਹ ਕੁਝ ਹਿੱਸਿਆਂ ਦੇ ਵਿੱਚ ਜਿਹੜੀ ਵੋਟਾਂ ਦੀ ਗਿਣਤੀ ਦੁਬਾਰਾ ਹੋਵੇ ਜੀ ਔਰ ਇਹਨਾਂ ਦੀ ਪਾਰਟੀ ਨੇ ਰਿਪਬਲਿਕਨਸ ਨੇ 30 ਲੱਖ ਡਾਲਰ ਜਿਹੜੀ ਫੀਸ ਹੈ ਰੀ ਕਾਊਂਟਿੰਗ ਦੀ ਉਹ ਵੀ ਜਮ੍ਹਾਂ ਕਰਵਾਤੀ ਹੈਗੀ ਆ ਜੀ ਸੋ ਇਸ ਤਰ੍ਹਾਂ ਦੇ ਦੋਸ਼ ਖੈਰਾ ਸਾਹਿਬ ਲਾ ਰਹੇ ਨੇ ਉਹ ਅੱਛਾ ਜੇ ਤੁਸੀਂ ਆਪ ਸਰਕਾਰੀ ਤੰਤਰ ਦੀ ਗੱਲ ਕਰ ਰਹੇ ਹੋ ਸਤੀ ਸਾਹਿਬ ਉਹ ਕੀ ਕਹਿੰਦਾ ਹੈ ਅ ਸਰਕਾਰੀ ਤੰਤਰ ਤਾਂ ਜਿਹੜਾ ਆ ਉਹ ਹਾਲ ਦੀ ਘੜੀ ਚੁੱਪਿਆ ਕਿਉਂਕਿ ਮੈਂ ਕਿਤੇ ਨਾ ਕਿਤੇ ਪੜਿਆ ਸੀ ਕਿ ਸਰਕਾਰੀ ਤੰਤਰ ਕਹਿ ਰਿਹਾ ਕਿ ਹੁਣ ਤੱਕ ਦੇਆਂ ਸਭ ਤੋਂ ਸੇਫਸਟ ਚੋਣਾਂ ਜੜੀਆਂ ਨੇ ਇਹ ਹੋਈਆਂ ਨੇ ਤੇ ਕਿਤੇ ਨਾ ਕਿਤੇ ਗੱਲ ਸਹੀ ਹੈ ਦੇਖੋ ਉਹ ਸਰਕਾਰੀ ਤੰਤਰ ਦੇ ਵਿੱਚ ਜਿਹੜੀ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਆ ਆਪਾਂ ਉਹਦੀ ਵੀ ਗੱਲ ਕਰ ਲਈਏ ਇਹ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਵਿੱਚ ਆ ਸਾਈਬਰ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਜਿਹੜੀ ਸਿਕਿਉਰਿਟੀ ਏਜੰਸੀ ਆ ਰਾਈਟ ਇਹ ਸਰਕਾਰੀ ਏਜੰਸੀ ਹੈ ਅ ਉਹਦੇ ਮੁਖੀ ਨੇ ਕਸਟੋਫਰ ਕ੍ਰੈਬਸ ਜੀ ਠੀਕ ਹੈ ਹੋਣ ਉਹਨਾਂ ਨੂੰ ਫਾਇਰ ਕਰ ਦਿੱਤਾ ਇਹਨਾਂ ਨੇ ਕਿਹਨਾਂ ਨੇ ਡੋਨਲਡ ਟਰੰਪ ਕੋਰੇ ਟਰੰਪ ਉਹਨਾਂ ਨੇ ਤੇ ਫਾਇਰ ਕਿਉਂ ਕੀਤਾ ਉਹ ਕਹਿੰਦੇ ਕਿ ਕਿਉਂਕਿ ਉਹਨਾਂ ਨੇ ਇਹੀ ਕਿਹਾ ਸੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਮੋਸਟ ਸਿਕਿਓਰ ਏਵਰ ਇਲੈਕਸ਼ਨ ਹੋਈ ਆ ਅੱਜ ਤੱਕ ਦੀ ਜੀ ਅਮਰੀਕਾ ਦੇ ਚੋਣ ਇਤਿਹਾਸ ਦੇ ਵਿੱਚ ਮੋਸਟ ਸਿਕਿਓਰ ਇਲੈਕਸ਼ਨ ਰਾਈਟ ਉਹ ਉਹ ਫਿਰ ਫਿਰ ਕੀਆ ਤੇ ਉਹ ਉਹਨਾਂ ਨੇ ਕਿਹਾ ਕੋਈ ਤੰਦਲੀ ਨਹੀਂ ਹੋਈ ਜੀ ਦੂਸਰਾ ਉਹਨਾਂ ਨੇ ਜਿਹੜੇ ਟਵੀਟਸ ਸੀਗੇ ਟਰੰਪ ਦੇ ਉਹਨਾਂ ਨੂੰ ਡਿਸਪਿਊਟਡ ਦਾ ਫਲੈਗ ਲਾਇਆ ਨਾਲ ਜੀ ਤੇ ਠੀਕ ਹੈ ਤੇ ਡਾਇਰੈਕਟਲੀ ਕੰਟਰੈਡਿਕਟ ਕੀਤੇ ਆ ਜਿਹੜੇ ਟਰੰਪ ਦੇ ਕਲੇਮਸ ਸੀਗੇ ਉਹਨਾਂ ਦੇ ਦਾਵੇ ਇਸ ਕਰਕੇ ਉਹਨਾਂ ਨੇ ਹੁਣ ਔਖੇ ਹੋ ਕੇ ਜਿਹੜੇ ਕ੍ਰਿਸਟੋਫਰ ਕ੍ਰੈਬਸ ਆ ਉਹਨਾਂ ਨੂੰ ਫਾਇਰ ਹੀ ਕਰ ਦਿੱਤਾ ਸੋ ਦੇਖੋ ਜਿਹੜੀ ਹੋਮਲੈਂਡ ਸਿਕਿਉਰਿਟੀ ਦੀ ਏਜੰਸੀ ਹੈ ਸਾਈਬਰ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਸਿਕਿਉਰਿਟੀ ਉਹਦਾ ਮੁਖੀ ਜਿਹੜਾ ਉਹਦਾ ਡਾਇਰੈਕਟਰ ਜਿਹੜਾ ਉਹ ਉਹ ਸਰਕਾਰ ਆ ਨਾ ਉਹ ਐਡਮਿਨਿਸਟ੍ਰੇਸ਼ਨ ਆ ਠੀਕ ਹੈ ਉਹ ਦੇਸ਼ ਦੇ ਪ੍ਰਬੰਧਕੀ ਢਾਂਚੇ ਦੇ ਇੱਕ ਹਿੱਸੇ ਦਾ ਮੁਖੀ ਆ ਜੇ ਉਹ ਇਹਦਾ ਕਹਿ ਰਿਹਾ ਤਾਂ ਇਹਦਾ ਮਤਲਬ ਉਹਨੂੰ ਆਪਾਂ ਨੂੰ ਸਰਕਾਰੀ ਤੰਤਰ ਦੀ ਆਵਾਜ਼ ਹੀ ਸਮਝਣਾ ਚਾਹੀਦਾ ਤੇ ਉਹਨੂੰ ਪਿਛਲੇ ਦਿਨੀ ਕੱਢ ਕੇ ਬਾਹਰ ਮਾਰਿਆ ਅੱਛਾ ਸੇਮ ਤਰ੍ਹਾਂ ਦੇ ਅਸੀਂ ਗੱਲ ਕਰੀਏ ਇਹਨਾਂ ਦੇ ਬਹੁਤ ਜਗ੍ਹਾ ਤੋਂ ਕਾਉਂਸਲਰ ਵੀ ਜਿੱਤੇ ਨੇ ਜੀ ਤੇ ਫਿਰ ਉਹ ਸੋਨਾਂ ਦਾ ਕਿਉਂ ਰੌਲਾ ਨਹੀਂ ਪਾ ਰਹੇ ਕਈ ਜਗ੍ਹਾ ਤੋਂ ਇਦਾਂ ਦੇ ਹੈ ਜਗ੍ਹਾ ਜਿੱਥੇ ਇਹਨਾਂ ਦੇ ਕਾਉਂਸਲਰ ਜਿੱਤੇ ਨੇ ਹਾਂ ਬਿਲਕੁਲ ਉਹ ਤਾਂ ਉਹ ਤਾਂ ਕਹਿੰਦੇ ਆ ਵੀ ਜਿੱਤੇ ਹੀ ਆ ਨਾ ਜਿਹੜੀ ਰੌਲਾ ਤਾਂ ਇਹ ਹੈ ਨਾ ਕਿ ਉਹ ਚੋਣਾਂ 'ਚ ਧੰਦਲੀਆਂ ਦਾ ਦੋਸ਼ ਲਾ ਰਹੇ ਆ ਵੀ ਜਿਹੜੀ ਬਾਈਡਨ ਦੀ ਜਿੱਤ ਆ ਆਪਣੀ ਜਿੱਤ ਨੂੰ ਤਾਂ ਉਹ ਠੀਕ ਠਾਕ ਦਰਸਾਉਂਦੇ ਨੇ ਬਿਲਕੁਲ ਤਾਂ ਜਿਹੜਾ ਇਹ ਕਈ ਵਾਰੀ ਸਿਆਸਤਦਾਨਾਂ ਨੂੰ ਨਾ ਕਈ ਆਦਤਾਂ ਬਈਆਂ ਤੇ ਪੁਰਾਣੀਆਂ ਹੁੰਦੀਆਂ ਜੀ ਜੁਗਤਾਂ ਵੀ ਹੁੰਦੀਆਂ ਨੇ ਕਿ ਐਦਾਂ ਜਿਹੜਾ ਟਿੰਡ ਚ ਕੰਨਾ ਪਾਓ ਠੀਕ ਆ ਸੋ ਇਹ ਟਿੰਡ ਚ ਕੰਨਾ ਪਾਉਣ ਦੇ ਤੋਂ ਗੱਲ ਹੋ ਗਈ ਨਾ ਕਿ ਜਿਹੜੇ ਉਹਨਾਂ ਦੀ ਜਿੱਤ ਆ ਉਹ ਤੰਦਲੀ ਨਾਲ ਹੋਈ ਆ ਜਿਹੜੇ ਇਹਨਾਂ ਦੀ ਜਿੱਤ ਆ ਉਹ ਸਾਫ ਗੋਈ ਨਾਲ ਹੋਈ ਆ ਅੱਛਾ ਸਤੀ ਸਾਹਿਬ ਕਿੰਨੀਆਂ ਕਿ ਚੋਣਾਂ ਕਿਉਂਕਿ ਮੇਨਲੀ ਇਹ ਕਿਹਾ ਜਾਂਦਾ ਕਿ ਜਿਹੜੀਆਂ ਸਾਡੇ ਕੋਲੇ ਵੋਟਾਂ ਮੇਲ ਥਰੂ ਆਈਆਂ ਨੇ ਉਹਨਾਂ ਦੇ ਵਿੱਚ ਤੰਦਲੀ ਦੇ ਇਹ ਕਹਿ ਰਹੇ ਨੇ ਦੇਖੋ ਇਦਾਂ ਦਾ ਇੱਕ ਪਹਿਲੀ ਗੱਲ ਤਾਂ ਆਪਾਂ ਉਹਨਾਂ ਦੀ ਕ੍ਰਿਸਟੋਫਰ ਕ੍ਰੈਬਸ ਦੀ ਗੱਲ ਕਰਦੇ ਆਂ ਵੀ ਉਹ ਸਿਕਿਉਰ ਐਵਰ ਜਿਹੜੇ ਕਹਿੰਦੇ ਨੇ ਅੱਜ ਤੱਕ ਚੋਣ ਹੋਈ ਆ ਠੀਕ ਹੈ ਵੀ ਅੱਜ ਤੱਕ ਇਤੋਂ ਬਿਹਤਰ ਢੰਗ ਦੇ ਨਾਲ ਜਾਂ ਇੰਨੀ ਸੁਰੱਖਿਅਤ ਚੋਣਾ ਨਹੀਂ ਹੋਈਆ ਪਿਛਲੀਆਂ ਚੋਣਾਂ 'ਚ ਵੀ ਦੋਸ਼ ਲੱਗੇ ਸੀਗੇ ਨਾ ਤੇ ਆਇਆ ਜਿਹੜਾ ਆ ਉਹ ਹੋਰ ਦੇਸ਼ ਜਿਹੜਿਆ ਰੂਸ ਵਗੈਰਾ ਦਾ ਨਾਮ ਚੱਲਦਾ ਸੀਗਾ ਠੀਕ ਹੈ ਤੇ ਉਹਨਾਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਉਹਨਾਂ ਨੇ ਮਦਦ ਕੀਤੀ ਹੈਗੀ ਆ ਡੋਨਲਡ ਟਰੰਪ ਦੀ ਅ ਦੇਖੋ ਵੋਟਾਂ ਜਿਹੜੀਆਂ ਜੀ ਜਿਹੜੀ ਮੇਲ ਇਨ ਬੈਲਟ ਆ ਨਾ ਉਹ ਵੀ ਇਦਾਂ ਨਹੀਂ ਵੀ ਆਈ ਤੇ ਕੋਈ ਜਿਹੜਾ ਮਰਜ਼ੀ ਉੱਤੇ ਲਿਖ ਦੇਵੇ ਭਈ ਕਿਹਨੂੰ ਵੋਟ ਪਾਈ ਆ ਉਹਦਾ ਇੱਕ ਬਕਾਇਦਾ ਸਿਸਟਮ ਆ ਜੀ ਪੈਲੋ ਦੀ ਜਾਂਚ ਹੁੰਦੀ ਇੱਕ ਤੋਂ ਵੱਧ ਥਾਵਾਂ ਤੇ ਉਹਦੀ ਸਕਰੂਟੀਨੀ ਹੁੰਦੀ ਆ ਫਿਰ ਉਹ ਬੈਲਟ ਜਿਹੜੀ ਆ ਵੈਲਿਡ ਨਾਨ ਵੈਲਿਡ ਦੇਖੀ ਜਾਂਦੀ ਆ ਫਿਰ ਉਹ ਮਤਲਬ ਕਿਹਦੇ ਪੱਖ ਚ ਆਈ ਆ ਉਧਰ ਉਹਦੀ ਵੋਟ ਪਾਈ ਜਾਂਦੀ ਆ ਸੋ ਇਦਾਂ ਨਹੀਂ ਵੀ ਆਈਆਂ ਤੇ ਆਪਾਂ ਡਾਕ ਰਾਹੀਂ ਆਈਆਂ ਤੇ ਉਹ ਖੋਲ ਕੇ ਕੋਈ ਕਹਿ ਦਵੇ ਵੀ 트럼ਪ ਨੂੰ ਪਈ ਆ ਤੇ ਕੋਈ ਕਹਿ ਦਵੇ ਬਾਈਡੇਨ ਨੂੰ ਉਹ ਬਕਾਇਦਾ ਇੱਕ ਮਤਲਬ ਪ੍ਰੋਸੈਸ ਦੇ ਵਿੱਚ ਪ੍ਰੋਸੈਸ ਦੇ ਵਿੱਚੋਂ ਪ੍ਰਕਿਰਿਆ ਦੇ ਵਿੱਚੋਂ ਲੰਘਦਾ ਸਾਰਾ ਕੁਝ ਬਿਲਕੁਲ ਸਦੀਪ ਸਾਹਿਬ ਅਸੀਂ ਇਸ ਵਿਸ਼ੇ ਉੱਤੇ ਹੋਰ ਵੀ ਗੱਲ बात करांगे पर इतने रोको एक छोटे जेब ब्रेक दे लिए मर्दे यहाँ ब्रेक दे उस बार पंजाब मेल यूएसए चैनल दा शानदार उपराला अमेरिका दी इमीग्रेशन पॉलिसी च लेटेस्ट की चल रही है अमेरिका दी सियासत कितना रंग बदल रही है इस सब जानने ले बेको पंजाब मेल यूएसए चैनल दा स्पेशल शो US immigration and politics with attorney at law Jaspreet Singh ब्रेक ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਨਜ਼ਰੀਆ ਔਰ ਅਸੀਂ ਗੱਲ ਕਰ ਰਹੇ ਸੀ ਅਮਰੀਕਾ ਇਲੈਕਸ਼ਨ ਦੀ ਖਾਸ ਕਰਕੇ 트럼ਪ ਹੁਣਾਂ ਦੇ ਉਹ ਦਾਵੇ ਜਿਹੜੇ ਬੇਤੁਕੇ ਲੱਗ ਰਹੇ ਨੇ ਅੱਛਾ ਜਦੋਂ ਆਪਾਂ ਹੁਣ ਸਰਕਾਰੀ ਤੰਤਰ ਦੀ ਤਾਂ ਗੱਲ ਕਰ ਲਈ ਕਿ ਸਰਕਾਰੀ ਤੰਤਰ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਸੇਫ ਨੇ ਪਰ ਹੁਣ ਮੀਡੀਆ ਜਿਹੜਾ ਹੈ ਉਥੇ ਦਾ ਉਹ ਕੀ ਕਹਿ ਰਿਹਾ ਦੇਖੋ ਖੈਰਾ ਸਾਹਿਬ ਜਿਹੜੇ ਪ੍ਰਮੁੱਖ মিডিਆ ਹਾਊਸਸ ਨੇ ਜੀ ਅਮਰੀਕਾ ਦੀ ਆਪਾਂ ਲਾ ਲਈ ਫੌਕਸ ਨਿਊਜ਼ ਲਾ ਲਓ ਸੀ ਐਨ ਬੀ ਸੀ ਨਿਊਜ਼ ਲਾ ਲਓ ਇਹ ਚੈਨਲ ਜਿਹੜੇ ਆ ਅਮਰੀਕਾ ਚ ਬਹੁਤ ਦੇਖੇ ਜਾਂਦੇ ਨੇ ਠੀਕ ਹੈ ਉਸ ਪਿੱਛੋਂ ਸੀ ਐਨ ਐਨ ਹੈ ਜੀ ਇਹ ਅਮਰੀਕਾ ਦਾ ਮਤਲਬ ਕੇਬਲ ਨਿਊਜ਼ ਨੈਟਵਰਕ ਜਿਹੜਾ ਆ ਇਹ ਤਿੰਨੇ ਆਪਾਂ ਜੇ ਇਲੈਕਟ੍ਰੋਨਿਕ মিডিਆ ਦੇਖੀਏ ਫਿਰ ਜਿਹੜਾ ਪ੍ਰਿੰਟ মিডিਆ ਆ ਨਿਊਜ਼ ਯਾਰਕ ਟਾਈਮਸ ਹੈ ਵਾਸ਼ਿੰਗਟਨ ਪੋਸਟ ਹੈ ਠੀਕ ਹੈ ਲਾਸ ਏਂਜਲਸ ਟਾਈਮਸ ਇਸ ਤਰ੍ਹਾਂ ਬਹੁਤ ਸਾਰੇ ਜਿਹੜਾ ਪ੍ਰਮੁੱਖ ਮੀਡੀਆ ਹਾਊਸਸ ਨੇ ਆਪਾਂ ਮੁੱਖ ਦੀ ਗੱਲ ਇੱਥੇ ਲਾਇਈਏ ਭਈ ਉਹ ਇਹ ਚੋਣ ਬਾਈਡਨ ਨੂੰ ਜਿਤਾ ਚੁੱਕਿਆ ਜੀ ਠੀਕ ਹੈ ਔਰ 7 ਨਵੰਬਰ ਨੂੰ ਮਤਲਬ ਬਾਈਡਨ ਦੀ ਜਿੱਤ ਦਾ ਐਲਾਨ ਕਰ ਦਿੱਤਾ ਸੀ ਮੀਡੀਆ ਨੇ ਵੀ ਤੇ ਬਾਈਡਨ ਹੋ ਰਹੀ ਜੀ ਆ ਬੀਬੀਸੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਜਿਹੜੀ ਆ ਜਿਹਦੇ ਮਤਲਬ ਵਕਫ ਵਕ ਪਾਸ਼ਾਵਾਂ ਦੇ ਵਿੱਚ ਰੇਡੀਓ ਨੇ ਠੀਕ ਹੈ ਔਰ ਚੈਨਲਸ ਨੇ ਹਿੰਦੀ ਸਰਵਿਸ ਹੈ ਠੀਕ ਹੈ ਔਰ ਇੰਗਲਿਸ਼ ਮੇਰਾ ਖਿਆਲ ਆ ਵੀ ਸਭ ਤੋਂ ਵੱਧ ਦੁਨੀਆ ਦਾ ਜਿਹੜਾ ਚੈਨਲ ਦੇਖਿਆ ਜਾਂਦਾ ਉਹ ਬੀਬੀਸੀ ਲੰਡਨ ਦੇਖਿਆ ਜਾਂਦਾ ਰਾਈਟਰਸ ਜਿਹੜੇ ਆ ਉਹਦੇ ਨਮਨਗਾਰ ਨੇ ਉਹਦੇ ਪੱਤਰਕਾਰ ਹੈਗੇ ਆ ਠੀਕ ਹੈ ਦੁਨੀਆ ਭਰ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਖਬਰ ਏਜੰਸੀਆਂ ਉਹਨਾਂ ਚ ਜੇ ਮੈਂ ਗਲਤ ਨਾ ਹੋਵਾਂ ਦਾ ਸਭ ਤੋਂ ਵੱਧ ਭਰੋਸੇਮੰਦ ਰਾਈਟਰਸ ਨੂੰ ਗਿਣਿਆ ਜਾਂਦਾ ਹੈ ਠੀਕ ਹੈ ਉਦਾਂ ਤਾਂ ਏਜੰਸੀਆਂ ਨੇ ਸਿੰਗੂਆਨ ਏਜੰਸੀ ਆ ਚੀਨ ਦੀਆ ਐਸੋਸੀਏਟਿਡ ਪ੍ਰੈਸ ਆ ਐਸੋਸੀਏਟਿਡ ਫੋਰਨ ਪ੍ਰੈਸ ਹੈਗੀ ਆ ਸਾਡੀਆਂ ਵੀ ਹੈਗੀਆਂ ਨੇ ਦੋਸਤਾਨ ਦੀਆਂ ਜੂਐਨਆਈਪੀਟੀ ਆਈ ਇਸ ਤਰ੍ਹਾਂ ਨਹੀਂ ਪਰ ਭਰੋਸੇਯੋਗਤਾ ਜਿਹੜੀ ਆ ਉਹ ਰਾਈਟਰਸ ਦੀ ਮੰਨੀ ਜਾਂਦੀ ਆ ਤੇ ਉਹ ਬਿਲਕੁਲ ਇੰਪਾਰਸ਼ਲ ਹੋ ਕੇ ਨਰਪੱਖ ਹੋ ਕੇ ਰਿਪੋਰਟਿੰਗ ਕਰਦੇ ਨੇ ਜੀ ਜੀ ਮੈਂ ਆਪਣੇ ਦੇਖਣ ਵਾਲਿਆਂ ਨੂੰ ਦੱਸਦਾ ਕਿ ਜਿਹੜੀ ਰਾਈਟਰ ਏਜੰਸੀ ਹੈ ਕਈ ਇਹਨੂੰ ਰੀਚਰਸ ਪ੍ਰਨਾਉਂਸ ਕਰਦੇ ਆ ਕਈ ਰਾਊਟਰ ਪ੍ਰਨਾਉਂਸ ਕਰਦੇ ਆ ਆਮ ਤੌਰ ਤੇ ਰਾਈਟਰ ਕਿਹਾ ਜਾਂਦਾ ਠੀਕ ਹੈ ਓਕੇ ਦੂਸਰਾ ਇਹ ਆ ਪਈ ਰਾਈਟਰਸ ਨੇ ਕੀ ਕਿਹਾ ਉਹ ਕਹਿੰਦੇ ਪਈ ਅਧਿਉਬਦ ਜਿਹੜੇ ਰਿਪਬਲਿਕਨ ਜਿਹੜੇ ਡੋਨਲਡ ਟਰੰਪ ਦੀ ਆਪਣੀ ਜਿਹੜੀ ਪਾਰਟੀ ਆ ਇਹ ਰਾਈਟਰਸ ਦਾ ਸਰਵੇ ਹੈ ਮਤਲਬ ਉਹ ਆਪਣੇ ਕੋਲੋਂ ਨਹੀਂ ਕਹਿੰਦੇ ਜੋ ਉਹਨਾਂ ਨੇ ਸਰਵੇ ਕੀਤਾ ਠੀਕ ਹੈ ਗਰਾਉਂਡ ਆਪਣੇ ਬੇਸਿਸ ਤੇ ਉਹ ਕਹਿੰਦੇ ਨੇ ਭਈ ਅੱਧਿਓ ਵੱਧ ਰਿਪਬਲਿਕਨਸ ਤਾਂ ਇਹ ਮੰਨਦੇ ਆ ਭਈ ਟਰੰਪ ਜਿਹੜੇ ਆ ਉਚੋਣ ਜਿੱਤ ਗਏ ਜੀ ਪਰ ਉਹ ਚੋਣ ਜਿਹੜੀ ਆ ਜਿਹੜੀ ਜਿੱਤਿਆ ਚੋਣ ਦੀ ਉਹ ਉਹਨਾਂ ਤੋਂ ਚੋਰੀ ਕਰ ਲਈ ਗਈ ਚੁਰਾ ਲਈ ਗਈ ਆ ਜੀ ਨਾਰਦੀ ਨਾਲ ਉਹਨਾਂ ਨੇ ਜਿਹੜੇ ਵੋਟਰ ਆ ਵੋਟਰਾਂ ਦੀ ਰਾਏ ਵੀ ਪੇਸ਼ ਕੀਤੀ ਆ ਸਰਵੇ ਚ ਉਹ ਕਹਿੰਦੇ ਵੀ 73% ਜਿਹੜੇ ਵੋਟਰ ਆ ਅਮਰੀਕਾ ਦੇ ਉਹ ਕਹਿੰਦੇ ਅਸੀਂ ਤਾਂ ਬਾਈਡਨ ਨੂੰ ਜਿਤਾਇਆ ਤੇ ਸਿਰਫ 5% ਦੀ ਵੋਟਰ ਜਿਹੜੇ ਆ ਉਹ ਕਹਿੰਦੇ ਭਈ ਜਿਹੜਾ ਟਰੰਪ ਚਿੱਤੇਗਾ ਸੋ 73 ਤੇ 5% ਦੀ ਇਹ ਬਹੁਤ ਅੰਤ ਹੈਗਾ ਬਹੁਤ ਜ਼ਮੀਨ ਅਸਮਾਨ ਦਾ ਬਿਲਕੁਲ ਬਹੁਤ ਵੱਡਾ ਫਰਕ ਹੈ ਬਹੁਤ ਵੱਡਾ ਇਹ ਇਹੋ ਆਪਾਂ ਜਿਹਨੂੰ ਆਪਾਂ ਕਹਿੰਦੇ ਆ ਨਾ ਭਈ ਵਰਟੀਕਲ ਡਿਫਰੈਂਸਸ ਆ ਜ਼ਮੀਨ ਅਸਮਾਨ ਦਾ ਫਰਕ ਹੈਗਾ ਜੀ ਦਾ ਇਸ ਕਰਕੇ ਪੂਰੀ ਦੁਨੀਆ ਦੇ ਪਹਿਲਾਂ ਹੌਲੀ-ਹੌਲੀ ਫਿਰ ਇੱਕਦਮ ਤੇਜ਼ੀ ਆ ਗਈ तमाम ਦੁਨੀਆ ਚੋਂ ਜਿਹੜੇ ਵਧਾਈ ਸੰਦੇਸ਼ ਵੀ ਉਹਨਾਂ ਨੂੰ ਮਿਲ ਚੁੱਕੇ ਹੈਗੇ ਜੀ ਅੱਛਾ ਕਿਤਨਾ ਕਿਤੇ ਚਲੋ ਇੱਕ ਗੱਲ ਤੇ ਹੈਗੀ ਹੈ ਕਿ ਇਹ ਮੰਨਿਆ ਨਹੀਂ ਜਾ ਰਿਹਾ 73% ਬਹੁਤ ਜ਼ਿਆਦਾ ਅੰਕੜਾ ਹੈ ਔਰ ਦੂਸਰੇ ਪਾਸੇ ਫਿਰ ਆਪਾਂ ਕਹ ਲਈਏ ਕਿ ਅਖੀਰ ਵਿੱਚ ਜੇ ਆਪਾਂ ਗੱਲ ਕਰ ਲਈਏ ਕਿ ਇਹ ਚਾਹੁੰਦੇ ਕੀ ਨੇ ਡਰਾਮਪ ਸਾਬ ਕੀ ਹੋਊਗਾ ਕਿਉਂਕਿ ਦੇਖੋ ਐਵੇਂ ਉਹ ਗੱਲ ਹੋᱣਾ ਕਿ ਗੱਲ ਕੁਝ ਵੀ ਨਹੀਂ ਹੈ ਇਹਨੂੰ ਜਿੰਨਾ ਮਰਜ਼ੀ ਤੁਸੀਂ ਵਿਧਾਈ ਜਾਓ ਤੇ ਐਂਡ ਤੱਕ ਵੀ ਜਦ ਤੱਕ 20 ਜਨਵਰੀ ਨਹੀਂ ਆਉਂਦਾ ਸ਼ਾਇਦ ਸੁੱਖ ਦਾ ਸਾਹ ਆਉਣਾ ਹੀ ਨਹੀਂ ਕਿਸੇ ਨੂੰ ਹਾਂਜੀ ਅ ਦੇਖੋ ਜਿੱਦਣ 7 ਨਵੰਬਰ ਨੂੰ ਨਾ ਬਾਈਡਨ ਦੀ ਜਿੱਤ ਦਾ ਐਲਾਨ ਹੋਇਆ ਸੀ ਤਾਂ ਜਿਹੜੇ 트ੰਪ ਸਾਬ ਨੇ ਉਹ ਵਾਸ਼ਿੰਗਟਨ ਨੇੜੇ ਕਿਸੇ ਗੋਲਫ ਕੋਰਸ ਵਿੱਚ ਗੋਲਫ ਖੇਡ ਰਹੇ ਸੀ ਜੀ ਤਾਂ ਆਊਟ ਰਾਈਟਲੀ ਉਹਨਾਂ ਦੇ ਕੰਪੇਨ ਵਾਲਿਆਂ ਨੇ ਇੱਕ ਬਿਆਨ ਜਾਰੀ ਕੀਤਾ ਸੀ ਵੀ ਚੋਣਾਂ ਅਜੇ ਖਤਮ ਨਹੀਂ ਹੋਈਆਂ ਜੀ ਥੈਟ ਮੀਨਸ ਵੀ ਅਸੀਂ ਇਸ ਜਿੱਤ ਨੂੰ ਨਹੀਂ ਮੰਨਦੇ ਨਹੀਂ ਮੰਨਦੇ ਠੀਕ ਹੈ ਦਾਅਵੇ ਕੀਤੇ ਸਬੂਤ ਕੋਈ ਨਹੀਂ ਹੁਣ 20 ਜਨਵਰੀ ਨੂੰ ਕਾਰਜਭਾਰ ਸੰਭਾਲਦਾ ਹੈਗਾ ਜਿਹੜਾ ਜੋ ਬਾਈਡਨ ਜੋ ਜੋ ਬਾਈਡਨ ਹੋਰੀ ਤਾਂ ਇਹ ਪੱਕਾ ਹੀ ਆ ਭਈ ਜਿਹੜਾ ਨਵੰਬਰ ਮਹੀਨੇ ਦਾ ਪਹਿਲਾ ਮੰਗਲਵਾਰ ਹੁੰਦਾ ਜਿੱਦਾਂ ਕੀ 3 ਨਵੰਬਰ ਨੂੰ ਆਇਆ ਉਹ ਉੱਥੇ ਉਦੋਂ ਹੀ ਚੋਣ ਹੁੰਦੀ ਹੁੰਦੀ ਆ ਉਤੋਂ ਅੱਗੇ ਪਿੱਛੇ ਨਹੀਂ ਕਰਦੇ ਹੈਗੇ ਸੋ ਇਹ ਹੁਣ ਆਉਣ ਵਾਲੇ ਸਮੇਂ ਦੀ ਗੱਲ ਆ ਭਈ ਕੀ ਹੋਵੇਗਾ ਕੀ ਹੋਵੇਗਾ ਬਾਕੀ ਇਹ ਤਾਂ ਸਮਾਂ ਦੱਸੂਗਾ ਕੀ ਹੋਗਾ ਪਰ ਇਸ ਤੋਂ ਬਾਅਦ ਜਾਂਦੇ ਜਾਂਦੇ ਇੱਕ ਗੱਲ ਕਰ ਲਈਏ ਅੱਜਕੱਲ ਬਰਾਕ ਓਪਾਮਾ ਦੀ ਜਿਹੜੀ ਇੱਕ ਕਿਤਾਬ ਆ ਉਹਦੇ ਤੇ ਬੜੀ ਚਰਚਾ ਹੋ ਰਹੀ ਆ ਜੀ ਉਹਨਾਂ ਨੇ ਹਿੰਦੁਸਤਾਨ ਦੇ ਮਤਲਬ ਕੁਝ ਲੀਡਰ ਸਹਬਾਨ ਬਾਰੇ ਜਿਵੇਂ ਉਹਨਾਂ ਨੇ ਜਿਹੜੇ ਰਾਹੁਲ ਗਾਂਧੀ ਆ ਉਹਨਾਂ ਨੂੰ ਅਨਾੜੀ ਦੱਸਿਆ ਦੂਰ ਦ੍ਰਿਸ਼ਟੀ ਨਹੀਂ ਦੱਸੀ ਉਹਨਾਂ ਨੇ ਜਿਹੜੇ ਬੀਬੀ ਉਹਨਾਂ ਦੇ ਸੋਨੀਆ ਗਾਂਧੀ ਹੋਰੀ ਨੇ ਉਹਨਾਂ ਦੀ ਸਿਫਤ ਸਲਾਹ ਕੀਤੀ ਆ ਅ ਜਿਹੜੇ ਆਪਣੇ ਮਨਮੂਨ ਸਿੰਘ ਨੇ ਸਾਬਕਾ ਸਾਡੇ ਪ੍ਰਧਾਨ ਮੰਤਰੀ ਉਹਨਾਂ ਦੀ ਸਿਫਤ ਸਲਾਹ ਕੀਤੀ ਆ ਕਿ ਉਹ ਦੁਨੀਆ ਦੇ ਮੰਨੇ ਪਰਮੰਨੇ ਅਰਥਸ਼ਾਸਤਰੀ ਔਰ ਅਤ ਦੇ ਉਹ ਈਮਾਨਦਾਰ ਮਨੁੱਖ ਨੇ ਤਾਂ ਉਹਨਾਂ ਨੇ ਇਹੀ ਕਿਹਾ ਬਈ ਉਹ ਉਹ ਇਹਨੇ ਸਾਊ ਨੇ ਪਈ ਉਹਨਾਂ ਤੋਂ ਕੋਈ ਖਤਰਾ ਨਹੀਂ ਸੀ ਲੱਗਦਾ ਹਾਇਰਾਰਕੀ ਨੂੰ ਜਿਹੜੀ ਕਾਂਗਰਸ ਦੀ ਆ ਪਈ ਉਹ ਰਾਹੁਲ ਨੂੰ ਕੋਈ ਖਤਰਾ ਨਹੀਂ ਸਮਝਦੇ ਸੀਗੇ ਇਸ ਕਰਕੇ ਉਹਨਾਂ ਨੂੰ ਅੱਗੇ ਲਿਆਂਦਾ ਅ ਦੂਸਰਾ ਮੈਂ ਜਾਂਦੇ ਜਾਂਦੇ ਇਹ ਵੀ ਗੱਲ ਕਰਨੀ ਚਾਹੁੰਦਾ ਪਈ ਹੁਣ ਆਉਣ ਵਾਲਾ ਸਮਾਂ ਕੀ ਹੋਏਗਾ ਜੀ ਦੇਖੋ ਇੱਕ ਨਾ 11 ਜੂਨ ਨੂੰ ਇੰਟਰਵਿਊ ਹੋਈ ਸੀ ਬਾਈਡਨ ਹੁਰਾਂ ਦੀ ਜੀ ਤਾਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਵੀ ਭਾਈ ਗਾਂ ਕੀ ਹੋਊਗਾ ਜੀ ਠੀਕ ਹੈ ਸੋ ਉਹ ਕਹਿੰਦੇ ਪਈ ਗਾਂ ਫੌਜ ਦੇਖੋ ਠੀਕ ਹੈ ਫੌਜ ਕੀ ਦੇਖੂਗੀ ਉਹ ਪੱਕਾ ਕਰੂਗੀ ਪਈ ਜਿਹੜਾ ਹੁਣ ਜਿਹੜੀ ਗੱਦੀ ਮੇਰੀ ਆ ਪਈ ਉਹੀ ਜਿਹੜਾ ਬੰਦਾ ਜਿੱਤਦਾ ਉਹ ਉਹ ਉਹਨਾਂ ਨੇ ਕਿਹਾ ਸੀਗਾ ਵੀ ਜੇ ਇਹ ਅਨਕਾਰੀ ਹੋ ਜਾਂਦੇ ਨੇ ਤਾਂ ਆਪਣੇ ਜਿਹੜਾ ਟਰੰਪ ਹੋਰੀ ਵਾਈਟ ਹਾਊਸ ਨਹੀਂ ਛੱਡਦੇ ਤਾਂ ਫਿਰ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਫੌਜ ਨਹੀਂ ਦਿਖਣਾ ਹੁੰਦਾ ਠੀਕ ਹੈ ਫੌਜੇ ਯਕੀਨੀ ਬਣਾਉਂਦੀ ਆ ਤਾਂ ਪਈ ਬਾਹਰ ਕੱਢਣ ਲਈ ਇਹਨਾਂ ਨੂੰ ਫਿਰ ਫੌਜ ਦੀ ਮਦਦ ਲਈ ਜਾ ਸਕਦੀ ਆ ਦੂਸਰਾ ਜਿਹੜੀ ਸੀਕ੍ਰੇਟ ਸਰਵਿਸਿਜ਼ ਨੇ ਜਿਹੜੇ ਰਾਸ਼ਟਰਪਤੀ ਦੀ ਸੁਰੱਖਿਆ ਦੇਖਦੇ ਆ ਅਮਰੀਕਾ ਦੇ ਦੀ ਉਹਨਾਂ ਨੇ ਬਾਈਡਨ ਦੀ ਸੁਰੱਖਿਆ ਪਹਿਲੇ ਹੀ ਬਹੁਤ ਵਧਾਤੀ ਹੈਗੀ ਆ ਠੀਕ ਆ ਤੇ ਸੀਕ੍ਰੇਟ ਸਰਵਿਸਿਜ਼ ਦੀ ਵੀ ਮਦਦ ਲਈ ਜਾ ਸਕਦੀ ਹੈਗੀ ਆ ਦੂਸਰਾ ਇਹ ਆ ਭਈ ਜਿਵੇਂ ਜਿਹੜੇ ਫੌਜ ਦੇ ਮੁਖੀ ਨੇ ਚੀਫ ਆਫ ਦਾ ਸਟਾਫ ਨੇ ਉਹਨਾਂ ਨੇ ਵੀ ਕਿਹਾ ਪਈ ਚੋਣਾ ਚ ਸਾਡੀ ਫੌਜ ਦੀ ਕੋਈ ਭੂਮਿਕਾ ਨਹੀਂ ਹੈਗੀ ਜੀ ਸੋ ਇਸੇ ਤਰ੍ਹਾਂ ਆਹਯੋ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਉਹਨਾਂ ਨੇ ਦੱਸਲ ਹੁਰੀ ਕਿਹਾ ਪਈ ਦੇਖੋ ਜੇ ਇਦਾਂ ਦੀ ਗੜਬੜ ਹੁੰਦੀ ਆ ਇਹ ਬੈਸੀਤਾ ਅਮਰੀਕੀ ਇਤਿਹਾਸ ਦੇ ਵਿੱਚ ਇਦਾਂ ਦਾ ਕਦੀ ਕੁਝ ਨਹੀਂ ਹੋਇਆ ਹੈਗਾ ਪਰ ਜੇ ਇਦਾਂ ਕਰਦੇ ਆ ਜਾਂ ਕੋਈ ਉਹਨਾਂ ਨੇ ਕਿਸੇ ਨੇ ਪੱਤਰਕਾਰ ਨੇ ਖਤਸ਼ਾ ਪ੍ਰਗਟਾਇਆ ਵੀ ਮੰਨ ਲਓ ਉਹ ਗੱਦੀ ਛੱਡਣ ਤੋਂ ਅਨਕਾਰੀ ਹੁੰਦੇ ਆ ਤੇ ਫਿਰ ਫੌਜ ਦਖਲ ਦੇਗੀ ਉਹਨਾਂ ਨੇ ਕਿਹਾ ਵੀ ਇਦਾਂ ਦੀ ਕੋਈ ਸੰਭਾਵਨਾ ਨਹੀਂ ਪਰ ਜੇ ਸੁਰੱਖਿਆ ਏਜੰਸੀਆਂ ਚ ਆਪਣੇ ਹਮੈਤੀਆਂ ਜਾਂ ਜਿਹੜੇ ਤਰਫਦਾਰੀ ਕਰਦੇ ਹੁੰਦੇ ਆ ਉਹਨਾਂ ਦੀ ਮਦਦ ਦੇ ਨਾਲ ਇਹ ਕੋਈ ਇਦਾਂ ਦੀ ਗੜਬੜ ਕਰਦੇ ਆ ਤਾਂ ਉਹ ਅਮਰੀਕਾ ਲਈ ਅਮਰੀਕਾ ਦੇ ਲੋਕਾਂ ਲਈ ਲੋਕਤੰਤਰ ਲਈ ਤੇ ਅਮਰੀਕਨ ਲੋਕਾਂ ਤੇ ਫੌਜ ਦਰਮਿਆਨ ਜਿਹੜੇ ਰਿਸ਼ਤੇ ਆ ਉਹਨਾਂ ਲਈ ਇਤਿਹਾਸ ਵਿੱਚ ਸਭ ਤੋਂ ਬੁਰੀ ਗੱਲ ਹੋਵੇਗੀ ਅੱਛਾ ਕਿਤਨਾ ਬਿਲਕੁਲ ਕਿਤਨਾ ਕਿਤਨਾ ਇੱਕ ਗੱਲ ਵੀ ਹੈ ਕਿ ਹੁਣ ਦੇਖਿਆ ਜਾ ਰਿਹਾ ਕਿ ਟਰੰਪ ਉਹਨਾਂ ਦਾ ਉਹ ਰੁਕ ਨਹੀਂ ਰਿਹਾ ਜੀ ਪਤਾ ਉਹਨਾਂ ਨੂੰ ਵੀ ਲੱਗ ਗਿਆ ਕਿ ਗੱਲ ਜਿਹੜੀ ਹੈ ਉਹ ਮੇਰੇ ਪੱਖ ਤੋਂ ਫਿਸਲਦੀ ਜਾ ਰਹੀ ਹੈ ਸੋ ਕਿਤਨਾ ਕਿਤੇ ਕਹਿ ਸਕਦੇ ਆ ਕਿ ਇਦਾਂ ਦੀ ਨੌਬਤ ਸ਼ਾਇਦ ਆਵੇ ਨਾ ਜੀ ਦੇਖੋ ਜਿਹੜੇ ਉਹੀ ਪ੍ਰੋਫੈਸਰ ਡੈਕੋਟਾ ਰਸਿਡਲਾ ਉਹਨਾਂ ਨੇ ਇਹੀ ਕਿਹਾ ਹੈਗਾ ਹਨ ਤੇ ਇਸੇ ਤਰ੍ਹਾਂ ਜਿਹੜੇ ਮਾਰਕ ਨੇ ਚੀਫ ਆਫ ਦ ਆਰਮੀ ਸਟਾਫ ਉਹਨਾਂ ਨੇ ਕਿਹਾ ਵੀ ਫੌਜ ਦਾ ਕੋਈ ਦਖਲ ਨਹੀਂ ਨਾ ਚੋਣਾਂ ਦੇ ਵਿੱਚ ਨਾ ਅਗੇ ਹਨਾ ਫੌਜ ਤਾਂ ਦੇਸ਼ ਦੀ ਸੁਰੱਖਿਆ ਲਈ ਹੁੰਦੀ ਹੈ ਸੋ ਇਸ ਕਰਕੇ ਲੱਗਦਾ ਨਹੀਂ ਭਈ ਉਹ ਉਥੇ ਲਤਾਂ ਬਸਾਰ ਕੇ ਬੈਠੇ ਰਹਿਣਗੇ ਤਾਂ ਇੱਕ ਨਾ ਇੱਕ ਦਿਨ ਫਿਰ ਬਾਹਰ ਜਾਣਾ ਹੀ ਪੈਣਾ ਪਰ ਇਹ ਵੀ ਅਮਰੀਕੀ ਇਤਿਹਾਸ ਵਿੱਚ ਬੜੀ ਅਲੋਕਾਰੀ ਗੱਲ ਹੋਈ ਆ ਇਹ ਇੱਕ ਰਾਸ਼ਟਰਪਤੀ ਜਿਹੜਾ ਹਾਰਿਆ ਹੋਇਆ ਉਹ ਆਪਣੀ ਹਾਰ ਮੰਨਣ ਨੂੰ ਹੀ ਤਿਆਰ ਨਹੀਂ ਸੋ 10 ਜਨਵਰੀ ਕੋ ਬਹੁਤ ਹੀ ਦੂਰ ਨਹੀਂ 2 ਮਹੀਨਿਆਂ ਦੀ ਗੱਲ ਹੈ ਤਾਂ ਖੈਰਾਬ ਸਾਹਿਬ ਦੇਖੋ ਹੁਣ ਉੱਥੇ ਕੀ ਹੁੰਦਾ ਹੈ ਬਿਲਕੁਲ ਸਮਾਂ ਹਰ ਬਾਰੀ ਜਿਹੜਾ ਹੈ ਉਹ ਕੁਝ ਨਾ ਕੁਝ ਨਵਾਂ ਲੈ ਕੇ ਆਉਂਦਾ ਹੈ ਅਸੀਂ ਵੀ ਆਪਣੇ ਨਾਲ ਸ਼ਾਇਦ ਅਗਲੀ ਵਾਰ ਤੁਹਾਡੇ ਨਾਲ ਕੁਝ ਨਵਾਂ ਡਿਸਕਸ ਕਰੀਏ ਪਰ ਇਹ ਗੱਲ ਜਿਹੜੀ ਹੈ ਇਹ ਵਾਜਬ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੇ ਇਲੈਕਸ਼ਨ ਦੇ ਵਿੱਚ ਇਹ ਅਲੋਕਾਰੀ ਚੀਜ਼ ਹੋਈ ਹੈ ਇਸੇ ਨਾਲ ਹੁਣ ਅਸੀਂ ਚੱਲਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੇਰ ਸਾਹਿਬ